वेखो वेखी चर्च की तर्ज के उ गुरु घर एक एक दो दो कुर्सियां आईया फिर वादिया गई। कई गुरु घर ऐसे ने जिथे दस दस भी पाँह पाँह कुर्सियां पईया ने। सो आप सतगुरु सच्चे पातशाह का बहाल सत्कार जो सत्कार बहाल करने के लिए ये कुर्सियां मेरिया बहर नहीं क्डनिया। देखो जेड़ा तख्त गुरु की हजूरी च लग गया वह ना किसी के वरतन योग रहा वह ना रखने योग रहा है। ग्रहा दिता गया भी गुरुद्वार चो ये कम छड़ दो, गुरु ग्रंथ साहब के बराबर कोई कुर्सी नहीं लाउणी। ਬਿਆਰੀਪੁਰ ਦੇ ਗੁਰਦੁਆਰਾ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਬਹਿਣ ਵਾਲੀਆਂ ਗੱਦੀਆਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਚੁਕਾ ਦਿੱਤੀਆਂ ਕਿਉਂਕਿ ਇਹ ਮਰਿਆਦਾ ਦੇ ਉਲਟ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੋਈ ਵੀ ਵਿਅਕਤੀ ਉੱਚਾ ਹੋ ਕੇ ਨਹੀਂ ਬਹਿ ਸਕਦਾ। ਦੇਖੋ ਜਿਹੜਾ ਤਖ਼ਤ ਗੁਰੂ ਦੀ ਹਜ਼ੂਰੀ 'ਚ ਲੱਗ ਗਿਆ ਉਹ ਨਾ ਕਿਸੇ ਦੇ ਵਰਤਣ ਯੋਗ ਰਿਹਾ ਉਹ ਨਾ ਰੱਖਣ ਯੋਗ ਰਿਹਾ। ਉਹ ਜੇ ਲੋਹਾ ਵਾ ਲੋਹਾ ਵਾ ਤਾਂ ਉਹਨੂੰ ਪਗਲਾ ਦਿਓ, ਪਗਲਾ ਕੇ ਤਾਂ ਕਿਤੇ ਸੁੱਟ ਦਿਓ। ਇੱਥੇ ਨਾ ਪੁਲਿਸ ਵਾਲੇ ਪੁੱਛ ਰਹੇ ਸੀ, ਅਫੀਸ਼ੀਅਲ ਸਾਏ ਹੋਏ ਆ। ਬੇਸ਼ੱਕ ਇਹ ਸਿੱਖਾਂ ਦਾ ਮਸਲਾ ਵਾ, ਪੁਲਿਸ ਦਾ ਇਸ ਚੀਜ਼ ਨੂੰ ਪੁੱਛਣ ਦਾ ਕੋਈ ਹੱਕ ਨਹੀਂ ਗਾ, ਸਿੱਖਾਂ ਦਾ ਆਪਣਾ ਮਸਲਾ। ਉਹ ਇਹੀ ਕਹਿ ਰਹੇ ਸੀ ਕਿ ਇਹ ਕਿਸੇ ਗਰੀਬ ਨੂੰ ਦੇਣ ਦੇ ਤੁਹਾਡਾ ਕੀ ਮੰਨਣਾ? ਨਹੀਂ ਦੇਖੋ, ਗਰੀਬ ਦੇ ਘਰ 'ਚ ਜਾੜਾ ਕਿਉਂ ਕਰਾਉਣਾ? ਮਹਾਰਾਜ ਦੇ ਹਜ਼ੂਰੀ ਦੇ ਵਿੱਚ ਤਖ਼ਤ ਰੂਪ ਦੇ ਲੱਗੀਆਂ ਕੁਰਸੀਆਂ ਕਿਸੇ ਗਰੀਬ ਦੇ ਘਰ ਜਾਣਗੇ, ਅੱਗੇ ਗਰੀਬੀ ਆ ਹੋਰ ਉਜਾੜਾ ਹੋਜੂ। ਇਹ ਤੇ ਪੁਲਿਸ ਵਾਲਿਆਂ ਨੂੰ ਕਹਾ ਵੀ ਕੋਈ ਆਪਣੇ ਘਰ ਨਾ ਲੈ ਜਾਵੇ। ਇਹ ਮੈਂ ਸੋਚੋ ਥਾਣੇ ਲਾ ਦੋਗੇ ਤੇ ਉੱਥੇ ਵੀ ਨੁਕਸਾਨ ਹੋਊਗਾ, ਅੱਗੇ ਹੋ ਰਿਹਾ ਪ੍ਰਸ਼ਾਸਨ ਦਾ ਹੈ ਤੇ ਹੋਰ ਹੋਊਗਾ। ਸੋ ਇਹ ਕਰਕੇ ਜਿਹੜੀ ਪਾਪੀ ਚੀਜ਼ ਹੋ ਜਾਵੇ, ਜਿਵੇਂ ਸਰਹੰਦ ਨੂੰ ਸਿੱਖਾਂ ਨੇ ਮਲੀਆ ਮੇਟ ਕਰਤਾ ਸੀ, ਹੁਣ ਉਹ ਵੀ ਕਹਿ ਸਕਦਾ ਵੀ ਇਹ ਕਿਸੇ ਨੂੰ ਦੇਣ ਦੇ, ਇਹ ਘਰਾਂ 'ਚ ਕਿ ਗਰੀਬਾਂ ਨੂੰ ਵਸਾਉਣ ਦੇ? ਏਦਾਂ ਨਹੀਂ ਹੁੰਦਾ। ਜਦੋਂ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੁੰਦੀ ਆ, ਘੋਰ ਉਲੰਘਣਾ ਹੁੰਦੀ ਮਰਿਆਦਾ ਦੀ, ਉੱਥੇ ਇਹੋ ਜਿਹੀਆਂ ਚੀਜ਼ਾਂ ਨੂੰ ਸੰਬੋਲਿਕ ਤੌਰ ਦੇ ਉੱਤੇ ਤਾਂ ਤਬਾਹ ਕੀਤਾ ਜਾਂਦਾ ਹੈ ਵੀ ਅੱਗੇ ਤੋਂ ਕੋਈ ਕਤਾਈ ਨਾ ਕਰੇ। ਨਹੀਂ ਤੇ ਕੁਰਸੀਆਂ ਅੱਜ ਬਾਹਰ ਆਈਆਂ ਨੇ, ਕੋਈ ਗਰੀਬ ਤੇ ਇੱਥੇ ਇਕੱਠੇ ਹੋ ਹੀ ਜਾਣੇ ਨੇ ਕੁਰਸੀਆਂ ਲੈਣ ਨੂੰ, ਪਰ ਆਪਾਂ ਇਹ ਵੀ ਸੋਚੀਏ ਆਪਾਂ ਨੂੰ ਦੇ ਕੀ ਰਹੇ ਹਾਂ, ਹੱਕ ਦੇ ਕਮਾਈ ਦਾ ਹੀ ਦਾਨ ਕਰਨਾ ਚਾਹੀਦਾ ਹੈ। ਤੇ ਇਹ ਤੇ ਪਲੀਤ ਹੋਈ ਚੀਜ਼ ਹੈ, ਜੇ ਲੱਕੜ ਹੈ ਤੇ ਲੱਕੜ ਨੂੰ ਅੱਗ ਲਾ ਦਿਓ, ਉਹਦੀ ਅੱਗ ਸਿੱਕਣੀ ਵੀ ਨਹੀਂ ਚਾਹੀਦੀ। ਮੈਂ ਕਹਿੰਦਾ ਇਹਦੇ ਨਾਲ ਰੋਟੀ ਪੱਕੇ ਨਾ ਚੁੱਲ੍ਹਾ ਬਲੇ, ਇਹਨੂੰ ਅੱਗ ਲਾ ਕੇ ਦੂਰ ਕਿਤੇ ਅੱਗ ਲਾਉਣੀ ਚਾਹੀਦੀ ਹੈ ਇਹੋ ਜਿਹੀ ਚੀਜ਼ ਨੂੰ। ਸੋ ਮਹਾਰਾਜ ਕਿਰਪਾ ਕਰਨ, ਜਿਹੜਾ ਜਿਹੜੇ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਹੈਗੀਆਂ ਨੇ ਉਹ ਆਪ ਕੱਢਣ, ਸਾਨੂੰ ਨਾ ਕੱਢਣੀਆਂ ਪੈਣ, ਆਪ ਕੱਢ ਕੇ ਭੰਨ ਕੇ ਅੱਗ ਲਾਉਣ। ਇਹ ਮਰਿਆਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।